ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਪੜ੍ਹੋ ਪੰਜਾਬ 'ਤੇ। ਅੱਜ ਦੀ ਇਸ ਵੀਡੀਓ 'ਚ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਅਸੀਂ ਆਪਣੀ ਸੈਲਰੀ ਸਟੇਟਮੈਂਟ ਜਾਂ ਸੈਲਰੀ ਸਲਿੱਪ ਨੂੰ ਕਿਵੇਂ ਡਾਊਨਲੋਡ ਕਰ ਸਕਦੇ ਹਾਂ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਅਤੇ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਇਸ ਵੀਡੀਓ ਨੂੰ। ਦੋਸਤੋ, ਸਭ ਤੋਂ ਪਹਿਲਾਂ ਤੁਸੀਂ ਆਪਣੇ PC ਜਾਂ ਆਪਣੇ ਮੋਬਾਈਲ ਵਿੱਚ ਕਰੋਮ ਬਰਾਊਜ਼ਰ ਨੂੰ ਓਪਨ ਕਰਨਾ ਹੈ। ਉੱਥੇ ਤੁਸੀਂ ਸਾਈਟ ਨੂੰ ਓਪਨ ਕਰਨਾ ਹੈ। ਸਾਈਟ ਦਾ ਨਾਮ ਹੈ hrms.punjab.gov.in। ਇਸ ਸਾਈਟ ਦਾ ਲਿੰਕ ਤੁਹਾਨੂੰ ਮੈਂ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਦੇ ਦਾਂਗਾ, ਜਿਸ 'ਤੇ ਤੁਸੀਂ ਕਲਿੱਕ ਕਰਕੇ ਇਸ ਨੂੰ ਓਪਨ ਕਰ ਸਕਦੇ ਹੋ। ਜਿਵੇਂ ਤੁਸੀਂ ਇਸ ਸਾਈਟ ਨੂੰ ਓਪਨ ਕਰੋਗੇ, ਉਵੇਂ ਦਾ ਇੰਟਰਫੇਸ ਤੁਹਾਡੇ ਸਾਹਮਣੇ ਆ ਜਾਵੇਗਾ। ਤੁਹਾਨੂੰ ਆਪਣੀ ਸੈਲਰੀ ਸਟੇਟਮੈਂਟ ਦੇਖਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੁਹਾਨੂੰ ਆਪਣੀ ID ਅਤੇ ਪਾਸਵਰਡ ਦਾ ਪਤਾ ਹੋਣਾ। ਜੇ ਤੁਹਾਨੂੰ ਆਪਣੀ ID ਨਹੀਂ ਪਤਾ ਤਾਂ ਤੁਸੀਂ ਇਸ ਲਿੰਕ 'ਤੇ ਕਲਿੱਕ ਕਰੋਗੇ। ਜਿਵੇਂ ਤੁਸੀਂ ਇਸ ਲਿੰਕ 'ਤੇ ਕਲਿੱਕ ਕਰੋਗੇ, ਇੱਕ ਪੇਜ ਓਪਨ ਹੋ ਜਾਏਗਾ ਇਸ ਤਰ੍ਹਾਂ ਦਾ ਇੰਟਰਫੇਸ ਵਾਲਾ। ਉੱਥੇ ਤੁਸੀਂ ਆਪਣੀ ਡਿਟੇਲਸ ਫਿਲ ਕਰਨੀਆਂ ਹਨ, ਜਿਸ ਦੇ ਵਿੱਚ ਡੇਟ ਆਫ ਬਰਥ, ਆਪਣਾ ਰਜਿਸਟਰਡ ਮੋਬਾਈਲ ਨੰਬਰ ਫਿਲ ਕਰਨਾ ਹੈ। ਤੁਸੀਂ ਆਪਣਾ ਡੇਟ ਆਫ ਬਰਥ ਅਤੇ ਰਜਿਸਟਰਡ ਮੋਬਾਈਲ ਨੰਬਰ ਫਿਲ ਕਰਨ ਤੋਂ ਬਾਅਦ ਨੀਚੇ ਕੈਪਚੇ ਨੂੰ ਫਿਲ ਕਰਨਾ ਹੈ। ਕੈਪਚਾ ਨੂੰ ਫਿਲ ਕਰਨ ਤੋਂ ਬਾਅਦ ਤੁਸੀਂ ਫੈਚ ਇੰਪਲੋਈ ਕੋਡ 'ਤੇ ਕਲਿੱਕ ਕਰੋਗੇ। ਜਿਵੇਂ ਤੁਸੀਂ ਇਸ 'ਤੇ ਕਲਿੱਕ ਕਰੋਗੇ, ਤੁਹਾਡੀ ID ਤੁਹਾਡੇ ਮੋਬਾਈਲ 'ਤੇ ਆ ਜਾਵੇਗੀ। ਉਸ ਤੋਂ ਬਾਅਦ ਤੁਸੀਂ ਲੌਗਇਨ 'ਤੇ ਕਲਿੱਕ ਕਰਨਾ ਹੈ। ਤੁਸੀਂ ਜਦੋਂ ਲੌਗਇਨ 'ਤੇ ਕਲਿੱਕ ਕਰੋਗੇ, ਇੱਕ ਵਿੰਡੋ ਤੁਹਾਡੇ ਸਾਹਮਣੇ ਓਪਨ ਹੋ ਜਾਏਗੀ। ਇਸ ਤਰ੍ਹਾਂ ਦੀ ਵਿੰਡੋ ਤੁਹਾਡੇ ਸਾਹਮਣੇ ਓਪਨ ਹੋ ਜਾਏਗੀ। ਜੇ ਤੁਹਾਨੂੰ ਆਪਣਾ ਪਾਸਵਰਡ ਨਹੀਂ ਪਤਾ ਤਾਂ ਤੁਸੀਂ ਫੋਰਗੇਟ ਪਾਸਵਰਡ 'ਤੇ ਕਲਿੱਕ ਕਰ ਸਕਦੇ ਹੋ। ਫੋਰਗੇਟ ਪਾਸਵਰਡ ਕਲਿੱਕ ਕਰਨ 'ਤੇ ਇਸ ਤਰ੍ਹਾਂ ਦੀ ਵਿੰਡੋ ਤੁਹਾਡੇ ਸਾਹਮਣੇ ਓਪਨ ਹੋਏਗੀ। ਤੁਸੀਂ ਪੰਜਾਬ ਸਿਲੈਕਟ ਕਰਨਾ ਹੈ। ਇਸਟੈਬਲਿਸ਼ਮੈਂਟ, ਤੁਸੀਂ ਜੇ ਟੀਚਰ ਹੋ ਤਾਂ ਤੁਸੀਂ ਸਕੂਲ ਐਜੂਕੇਸ਼ਨ ਨੂੰ ਸਿਲੈਕਟ ਕਰਨਾ ਹੈ। ਤੁਸੀਂ ਸਕੂਲ ਐਜੂਕੇਸ਼ਨ ਨੂੰ ਸਿਲੈਕਟ ਕਰਕੇ ਆਪਣਾ ਯੂਜ਼ਰ ਕੋਡ, ਜੋ ਤੁਹਾਨੂੰ ID ਆਈ ਹੈ, ਉਹ ਤੁਸੀਂ ਇੱਥੇ ਫਿਲ ਕਰਨੀ ਹੈ ਅਤੇ ਨੀਚੇ ਸਰਚ 'ਤੇ ਕਲਿੱਕ ਕਰ ਦੇਣਾ ਹੈ। ਇੱਥੇ ਤੁਹਾਡਾ ਨੇਮ, ਤੁਹਾਡਾ ਫਾਦਰ ਨੇਮ ਜਾਂ ਹਸਬੈਂਡ ਨੇਮ ਵਗੈਰਾ ਆ ਜਾਏਗਾ। ਨੀਚੇ ਤੁਹਾਡਾ ਡੈਜ਼ੀਗਨੇਸ਼ਨ, ਮੋਬਾਈਲ ਨੰਬਰ। ਇੱਥੇ ਤੁਸੀਂ ਆਪਣੀ ਡੇਟ ਆਫ ਬਰਥ ਨੂੰ ਫਿਲ ਕਰਨਾ ਹੈ ਅਤੇ ਨੀਚੇ ਤੁਸੀਂ ਆਪਣਾ ਰਜਿਸਟਰਡ ਮੋਬਾਈਲ ਨੰਬਰ ਜੋ ਉੱਪਰ ਆ ਸ਼ੋ ਹੋ ਰਿਹਾ ਹੈ ਉਸ ਨੂੰ ਫਿਲ ਕਰਕੇ ਗੈਟ ਸਕਿਉਰਟੀ ਕੋਡ 'ਤੇ ਕਲਿੱਕ ਕਰਨਾ ਹੈ। ਜਿਵੇਂ ਤੁਸੀਂ ਗੈਟ ਸਕਿਉਰਟੀ ਕੋਡ 'ਤੇ ਕਲਿੱਕ ਕਰੋਗੇ, ਤੁਹਾਨੂੰ ਇੱਕ OTP ਆ ਜਾਏਗੀ। ਤੁਸੀਂ ਨੀਚੇ OTP ਫਿਲ ਕਰਕੇ ਨੀਚੇ ਨਿਊ ਪਾਸਵਰਡ ਦੀ ਆਪਸ਼ਨ ਆ ਜਾਏਗੀ। ਤੁਸੀਂ ਉੱਥੇ ਆਪਣਾ ਨਵਾਂ ਪਾਸਵਰਡ ਬਣਾ ਸਕਦੇ ਹੋ। ID ਪਾਸਵਰਡ ਪਤਾ ਹੋਣ ਤੋਂ ਬਾਅਦ ਵਿੱਚ ਤੁਸੀਂ ਇਸ 'ਤੇ ਦੁਬਾਰਾ ਪੇਜ 'ਤੇ ਆਉਣਾ ਹੈ। ਤੁਸੀਂ ਇੱਥੇ ਆਪਣੀ ID ਅਤੇ ਪਾਸਵਰਡ ਫਿਲ ਕਰਨਾ ਹੈ। ਨੀਚੇ ਦਿੱਤੇ ਹੋਏ ਕੈਪਸ਼ਨ ਨੂੰ ਤੁਸੀਂ ਭਰੋਗੇ, ਇਸ ਨੂੰ ਬਿਲਕੁਲ ਸਹੀ ਅੱਖਰਾਂ ਵਿੱਚ ਹੀ ਭਰਨਾ ਹੈ, ਸਮਾਲ ਅਤੇ ਕੈਪੀਟਲ ਦੇ ਵਿੱਚ। ਉਸ ਤੋਂ ਬਾਅਦ ਤੁਸੀਂ ਲੌਗਇਨ 'ਤੇ ਕਲਿੱਕ ਕਰੋਗੇ। ਲੌਗਇਨ 'ਤੇ ਕਲਿੱਕ ਕਰਨ ਤੋਂ ਬਾਅਦ ਥੋੜ੍ਹੀ ਜਿਹੀ ਲੋਡਿੰਗ ਲੈਣ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਪੇਜ ਓਪਨ ਹੋ ਜਾਵੇਗਾ। ਤੁਸੀਂ ਇਸ ਨੂੰ ਨੀਚੇ ਤੋਂ ਸਕਿੱਪ ਕਰ ਦੇਣਾ ਹੈ ਜੋ ਤੁਹਾਡੇ ਸਾਹਮਣੇ ਆ ਰਿਹਾ ਹੈ। ਸਕਿੱਪ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਉੱਪਰ ਤੁਹਾਡਾ ਨਾਮ, ਤੁਹਾਡੀ ਡੈਜ਼ੀਗਨੇਸ਼ਨ, ਤੁਹਾਡੇ ਡਿਪਾਰਟਮੈਂਟ ਦਾ ਨਾਮ ਆ ਰਿਹਾ ਹੈ। ਇੱਥੇ ਤੁਸੀਂ ਮਾਈ ਸਰਵਿਸਿਜ਼ 'ਤੇ ਕਲਿੱਕ ਕਰਨਾ ਹੈ। ਕਾਫੀ ਸਾਰੀਆਂ ਆਪਸ਼ਨਸ ਨੀਚੇ ਖੁੱਲ੍ਹ ਜਾਣਗੀਆਂ, ਲੇਕਿਨ ਅਸੀਂ ਪੇਰੋਲ ਸਰਵਿਸਿਜ਼ 'ਤੇ ਕਲਿੱਕ ਕਰਾਂਗੇ। ਪੇਰੋਲ ਸਰਵਿਸਿਜ਼ 'ਤੇ ਕਲਿੱਕ ਕਰਨ 'ਤੇ ਕਾਫੀ ਸਾਰੀਆਂ ਆਪਸ਼ਨ ਜੋ ਸਾਡੇ ਸਾਹਮਣੇ ਓਪਨ ਹੋ ਰਹੀਆਂ, ਤੁਸੀਂ ਦੇਖ ਸਕਦੇ GST ਲੇਜ਼ਰ, ਮੰਥਲੀ ਪੇ ਸਲਿੱਪ, ਸੈਲਰੀ ਸਟੇਟਮੈਂਟ ਵਗੈਰਾ ਸਾਡੇ। ਲੇਕਿਨ ਅੱਜ ਦੀ ਇਸ ਵੀਡੀਓ 'ਚ ਅਸੀਂ ਸਿਰਫ ਪੇ ਸਲਿੱਪ ਬਾਰੇ ਹੀ ਗੱਲ ਕਰ ਰਹੇ ਹਾਂ, ਇਸ 'ਤੇ ਅਸੀਂ ਪੇ ਸਲਿੱਪ 'ਤੇ ਕਲਿੱਕ ਕਰਨਾ ਹੈ। ਜੇ ਤੁਸੀਂ ਮੰਥਲੀ ਪੇ ਸਲਿੱਪ ਚਾਹੀਦੀ ਹੈ ਤਾਂ ਮੰਥਲੀ ਪੇ ਸਲਿੱਪ 'ਤੇ ਕਲਿੱਕ ਕਰੋਗੇ। ਜੇ ਤੁਹਾਨੂੰ ਪੂਰੇ ਸਾਲ ਦੀ ਚਾਹੀਦੀ ਹੈ ਤਾਂ ਸੈਲਰੀ ਸਟੇਟਮੈਂਟ ਐਨੂਅਲ 'ਤੇ ਕਲਿੱਕ। ਅਸੀਂ ਕਰ ਰਹੇ ਹਾਂ ਮੰਥਲੀ ਪੇ ਸਲਿੱਪ, ਤੁਸੀਂ ਇਸ 'ਤੇ ਕਲਿੱਕ ਕਰੋਗੇ।
ਥੋੜ੍ਹਾ ਜਿਹਾ ਲੋਡ ਲੈਣ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਪੇਜ ਓਪਨ ਹੋ ਜਾਵੇਗਾ। ਉੱਥੇ ਸਾਹਮਣੇ ਆ ਰਿਹਾ ਮੰਥ ਅਤੇ ਜੀਅਰ, ਜਿੱਥੇ ਤੁਸੀਂ ਕਲਿੱਕ ਕਰੋਗੇ ਤੁਹਾਨੂੰ ਜਿਹੜੇ ਵੀ ਮਹੀਨੇ ਦੀ ਸੈਲਰੀ ਸਟੇਟਮੈਂਟ ਚਾਹੀਦੀ ਹੈ ਤੁਸੀਂ ਉਸ ਮੰਥ ਨੂੰ ਸਿਲੈਕਟ ਕਰ ਲੈਣਾ ਹੈ। ਸਪੋਜ਼ ਅਸੀਂ ਜੁਲਾਈ ਦੀ ਦੇਖਣੀ ਹੈ, ਅਸੀਂ ਕਲਿੱਕ ਕਰਾਂਗੇ ਵਿਊ ਰਿਪੋਰਟ 'ਤੇ। ਜਿਵੇਂ ਵਿਊ ਰਿਪੋਰਟ 'ਤੇ ਅਸੀਂ ਕਲਿੱਕ ਕਰਦੇ ਹਾਂ ਨੀਚੇ ਸਾਡੀ ਸੈਲਰੀ ਸਟੇਟਮੈਂਟ ਆ ਜਾਵੇਗੀ, ਸਾਡਾ ਨਾਮ, ਡਿਪਾਰਟਮੈਂਟ ਦਾ ਨਾਮ, ਅਕਾਊਂਟ ਨੰਬਰ, ਸਾਡੀ ਸਾਰੀ ਜੋ ਵੀ ਡਿਟੇਲਸ ਨੇ ਇਸ ਦੇ ਵਿੱਚ ਸ਼ੋ ਹੋ ਰਹੀਆਂ ਹਨ। ਨੀਚੇ ਸਾਡੀ ਸੈਲਰੀ ਸ਼ੋ ਹੋ ਰਹੀ ਹੈ, ਬੇਸਿਕ ਪੇ, ਗ੍ਰੇਡ ਪੇ, IR, ਰੂਰਲ ਏਰੀਆ, DA, ਹਾਊਸ ਰੈਂਟ ਵਗੈਰਾ ਸਾਰਾ ਸ਼ੋ ਹੋ ਰਿਹਾ ਹੈ। ਨੈਕਸਟ ਵਿੱਚ ਸਾਨੂੰ ਡਿਡਕਸ਼ਨਸ ਜੋ ਸਾਡੇ CPF, NPF ਵਗੈਰਾ ਕੱਟਿਆ ਜਾਂਦਾ ਹੈ ਉਹ ਸ਼ੋ ਹੋ ਰਿਹਾ ਹੈ। ਔਰ ਇਹ ਲਾਸਟ ਵਿੱਚ ਸਾਡੀ ਡਿਡਕਸ਼ਨ ਅਤੇ ਨੈੱਟ ਸੈਲਰੀ ਜੋ ਹੈ ਸ਼ੋ ਹੋ ਜਾਵੇਗੀ। ਇਸ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ, ਤੁਸੀਂ ਇਸ 'ਤੇ ਕਲਿੱਕ ਕਰਨਾ ਹੈ, ਇਸ ਨੂੰ PDF, ਐਕਸਲ ਜਾਂ ਵਰਡ ਦੀ ਫਾਈਲ ਵਿੱਚ ਸੇਵ ਕਰ ਸਕਦੇ ਹੋ। ਅਸੀਂ ਇਸ ਨੂੰ PDF ਵਿੱਚ ਸੇਵ ਕਰ ਰਹੇ ਹਾਂ, ਇਹ ਤੁਹਾਡੇ PC ਜਾਂ ਮੋਬਾਈਲ ਵਿੱਚ ਸੇਵ ਹੋ ਜਾਏਗੀ। ਇਹ ਸੀ ਸਾਡੀ ਅੱਜ ਦੀ ਵੀਡੀਓ। ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ, ਸ਼ੇਅਰ ਕਰਨਾ ਨਾ ਭੁੱਲਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਤੁਹਾਨੂੰ ਦੇਖਣ ਨੂੰ ਮਿਲ ਸਕਣ। ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਤਾਂ ਤੁਸੀਂ ਸਾਨੂੰ ਕਮੈਂਟ ਵਿੱਚ ਪੁੱਛ ਸਕਦੇ ਹੋ। ਧੰਨਵਾਦ।